ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਨਾਨੀ ਦਾ ਟੇਸਟੀ ਖਾਣਾ ਦੇ ਉੱਤੇ ਅੱਜ ਅਸੀਂ ਤੁਹਾਨੂੰ ਪੰਜਾਬੀਆਂ ਦੀ ਆਨ ਬਾਨ ਸ਼ਾਨ ਗਰਮ ਮਸਾਲਾ ਬਣਾਉਣਾ ਸਿਖਾਵਾਂਗੇ ਕਿਉਂਕਿ ਪੰਜਾਬੀਆਂ ਦਾ ਜਿਹੜਾ ਖਾਣਾ ਹੈ ਉਹਦੇ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਮਸਾਲਿਆਂ ਦੀ ਵਜ੍ਹਾ ਨਾਲ ਪੰਜਾਬੀਆਂ ਦਾ ਖਾਣਾ ਦੂਰ ਦੇਸ਼ਾਂ ਵਿਦੇਸ਼ਾਂ ਤੱਕ ਬਹੁਤ ਹੀ ਜ਼ਿਆਦਾ ਫੇਮਸ ਹੈ ਤੇ ਉਹਦੀ ਜਾਨ ਹੁੰਦੀ ਹੈ ਗਰਮ ਮਸਾਲਾ ਗਰਮ ਮਸਾਲਾ ਤੁਸੀਂ ਰੈਡੀਮੇਡ ਐਮਡੀਐਚ ਕਿਚਨ ਕਿੰਗ ਜਾਂ ਹੋਰ ਵੀ ਬਹੁਤ ਮਹਿੰਗੇ ਸਸਤੇ ਬ੍ਰਾਂਡ ਦਾ ਲਿਆ ਕੇ ਇਸਤੇਮਾਲ ਕਰਦੇ ਹੋਵੋਗੇ ਪਰ ਅਗਰ ਤੁਹਾਨੂੰ ਵਧੀਆ ਰੈਸਟੋਰੈਂਟ ਵਾਲੀ ਖੁਸ਼ਬੂ ਜਿਹੜੀ ਪ ਆਬਿਆਂ ਚੋਂ ਜਾਂ ਪੰਜਾਬੀਆਂ ਦੇ ਯੂ نو ਹਲਵਾਈਆਂ ਦੇ ਵਿੱਚੋਂ ਜਾਂ ਬਹੁਤ ਹੀ ਵਧੀਆ ਖਾਣੇ ਦੇ ਵਿੱਚੋਂ ਆਉਂਦੀ ਹੈ ਉਹ ਉਹਦਾ ਕਾਰਨ ਹੁੰਦਾ ਹੈ ਆ ਘਰ ਦਾ ਬਣਿਆ ਹੋਇਆ ਗਰਮ ਮਸਾਲਾ ਇਹਦੇ ਲਈ ਅਸੀਂ ਧੰਨੀਆਂ ਲਿਆ ਹੈ ਇੱਕ ਕਟੋਰੀ ਥੋੜੀ ਜਿਹੀ ਅਸੀਂ ਸੁੱਕੀ ਮੇਥੀ ਲਈ ਹੈ ਇਹ ਸੁੰਡ ਹੈ ਜਿਹੜੀ ਕਿ ਅਦਰਕ ਹੁੰਦਾ ਉਹਨੂੰ ਸੁਕਾ ਕੇ ਬਣਾਈ ਗਈ ਹੁੰਦੀ ਹੈ ਜੇ ਤੋਂ ਇਲਾਵਾ ਅਸੀਂ ਜੀਰਾ ਲਿਆ ਸੌਂਫ ਲਈ ਹੈ ਛੋਟੀ ਇਲਾਇਚੀ ਲਈ ਹੈ ਥੋੜਾ ਜਿਹਾ ਅਸੀਂ ਲੌਂਗ ਲਏ ਹੈ ਸਟਾਰ ਇਲਾਇਚੀ ਲਈ ਹੈ ਜੀ ਠੀਕ ਹੈ ਤਿੰਨ ਚਾਰ ਹੀ ਬਹੁਤ ਹੁੰਦੀਆਂ ਬਿਕੋਜ਼ ਇਹ ਕਾਫੀ ਜ਼ਿਆਦਾ ਤਸੀਰ ਇਹਨਾਂ ਦੀ ਗਰਮ ਹੁੰਦੀ ਹੈ ਸੋ ਇੰਨੀਆਂ ਕਾਫੀ ਹੈ ਇਸ ਤੋਂ ਇਲਾਵਾ ਪੂਜੇ ਹੋਏ ਥੋੜੇ ਜਿਹਾ ਸ਼ੋਲੇ ਲੈ ਲਏ ਅਸੀਂ ਤੇ ਨਾਲ ਹੀ ਅਸੀਂ ਵੱਡੀਆਂ ਇਲਾਇਚੀਆਂ ਲਈਆਂ ਤੇਜ ਪੱਤੇ ਦੇ ਨਾਲ ਨਾਲ ਅਸੀਂ ਲਾਲ ਸੁੱਕੀਆਂ ਮਿਰਚਾਂ ਵੀ ਲਈਆਂ ਹੈ। ਇੱਕ ਚੀਜ਼ ਮੈਂ ਦੱਸਦਾ ਇਹਦੇ ਵਿੱਚ ਅਸੀਂ ਕਾਲੀ ਮਿਰਚ ਔਰ ਦਾਲਚੀਨੀ ਵੀ ਇਸਤੇਮਾਲ ਕਰਾਂਗੇ ਲੇਕਿਨ ਅਸੀਂ ਫਿਲਹਾਲ ਇਸ ਵੀਡੀਓ ਲਈ ਸਕਿਪ ਕੀਤੀ ਹੈ ਬਿਕੋਜ਼ ਸਾਡੇ ਬੱਚਿਆਂ ਨੂੰ ਇਹ ਦੋਨੋਂ ਚੀਜ਼ਾਂ ਥੋੜੀਆਂ ਪਸੰਦ ਨਹੀਂ ਆਉਂਦੀਆਂ ਦਾ ਟੇਸਟ ਸੋ ਅਸੀਂ ਆ ਬਾਕੀ ਖਾਣਾ ਬਣਾਉਣ ਤੋਂ ਬਾਅਦ ਬੱਚਿਆਂ ਦੇਣ ਤੋਂ ਬਾਅਦ ਅਸੀਂ ਉਹ ਚੀਜ਼ ਬਾਅਦ ਵਿੱਚ ਇਸਤੇਮਾਲ ਕਰ ਲੈਨੇ ਸਪ੍ਰਿੰਕਲ ਕਰ ਲੈਨੇ ਸੋ ਤੁਸੀਂ ਲੇਕਿਨ ਇਹਦੇ ਵਿੱਚ ਆਪਦਾ ਜਿਹੜਾ ਹੈਗਾ ਕਾਲੀ ਮਿਰਚ ਔਰ ਦਾਲਚੀਨੀ ਵੀ ਇਸਤੇਮਾਲ ਕਰੋਗੇ ਹੁਣ ਅਸੀਂ ਇੱਕ ਫਰਾਈ ਪੈਨ ਜੋ ਵੀ ਤੁਸੀਂ ਲੈਣਾ ਚਾਹੋ ਲੈ ਸਕਦੇ ਦੇਉ ਉਹਨੂੰ ਹਲਕੀ ਹੀਟ ਦੇ ਉੱਤੇ ਰੱਖ ਦੇਣਾ ਹਲਕਾ ਉਹਨੂੰ ਵਾਰਮ ਕਰਨਾ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਨਹੀਂ ਤਾਂ ਤੁਹਾਡੇ ਸੁੱਕੇ ਮਸਾਲੇ ਜਲ ਜਾਣਗੇ ਆਪਾਂ ਹਲਕਾ ਡਰਾਈ ਰੋਸਟ ਕਰਾਂਗੇ ਇਹਦੇ ਵਿੱਚ ਸਾਰੇ ਮਸਾਲਿਆਂ ਨੂੰ ਤਾਂ ਕਿ ਮਸਾਲਿਆਂ ਦੇ ਵਿੱਚ ਜੇ ਕੋਈ ਮਾੜੀ ਮੋਟੀ ਵੀ ਨਮੀ ਹੈ ਮੋਇਸਚਰਾਈਜ਼ਰ ਹੈ ਉਹ ਬਿਲਕੁਲ ਖਤਮ ਹੋ ਜਾਏ ਇਹ ਬਿਲਕੁਲ ਇਹਦੇ ਵਿੱਚ ਕਰੰਚੀਨੈਸ ਆ ਜਾਏ ਕੜਕਪਨ ਆ ਜਾਏ ਤਾਂ ਕਿ ਸਾਡੇ ਜਦੋਂ ਅਸੀਂ ਮਸਾਲਿਆਂ ਨੂੰ ਗਾਂਹ ਪ੍ਰੋਸੈਸ ਕਰੀਏ ਜੋ ਕਿ ਅਸੀਂ ਅਗਲੇ ਵੀਡੀਓ 'ਚ ਤੁਹਾਨੂੰ ਦੱਸਾਂਗੇ ਤਾਂ ਇਹ ਮਸਾਲਾ ਲੌਂਗ ਲਾਸਟ ਰਹਿ ਸਕੇ ਇਹਦੇ ਵਿੱਚ ਬਿਲਕੁਲ ਵੀ ਜੀ ਜਾਂ ਖਰਾਬ ਪੈ ਹੋ ਜਾਂਦਾ ਜਿਵੇਂ ਹੈ ਨਾ ਜੀ ਜੇ ਪੈ ਜਾਂਦੇ ਉਹ ਨਹੀਂ ਹੋਣਗੇ ਸੋ ਇਹ ਮਸਾਲਾ ਤੁਹਾਡਾ ਬਹੁਤ ਸਮੇਂ ਤੱਕ ਸੇਫ ਰਹਿ ਸਕਦਾ ਲਓ ਜੀ ਅਸੀਂ ਇੱਕ ਇੱਕ ਕਰਕੇ ਸਾਰੇ ਇਨਗਰੀਡੀIENTS ਜੋ ਵੀ ਅਸੀਂ ਤੁਹਾਨੂੰ ਦੱਸਿਆ ਉਹ ਇਸਤੇਮਾਲ ਕੀਤੇ ਆ ਉਹ ਇਹਦੇ ਵਿੱਚ ਪਾਉਂਦੇ ਰਾਵਾਂਗੇ ਤੇ ਇਹਨੂੰ ਹੁਣ ਅਸੀਂ ਹਲਕੀ ਆਂਚ ਦੇ ਉੱਤੇ ਰੋਸਟ ਕਰਾਂਗੇ ਤੁਸੀਂ ਜਿਹੜੀ ਕਾਲੀ ਮਿਰਚ ਤੇ ਮੈਂ ਤੁਹਾਨੂੰ ਦਾਲਚੀਨੀ ਕਹੀ ਆ ਉਹ ਵੀ ਇਸੇ ਸਮੇਂ ਦੇ ਦੌਰਾਨ ਇਹਦੇ ਵਿੱਚ ਪਾ ਕੇ ਰੋਸਟ ਕਰ ਲੈਣੀ ਆ ਲੋ ਇਦਾਂ ਅਸੀਂ ਥੋੜੀ ਥੋੜੀ ਚੀਜ਼ ਰੋਸਟ ਕਰ ਰਹੇ ਹਾਂ ਯਕੀਨ ਮੰਨਿਓ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਐਂਡ ਤੇ ਤੁਹਾਨੂੰ ਅਸੀਂ ਟਿਪਸ ਦਵਾਂਗੇ ਗਰਮ ਮਸਾਲੇ ਨੂੰ ਸਟੋਰ ਕਰਨ ਦੀ ਗਰਮ ਮਸਾਲੇ ਨੂੰ ਪ੍ਰੋਪਰ ਬਣਾਉਣ ਦੀ ਇਹ ਨਹੀਂ ਕਿ ਤੁਸੀਂ ਇਹ ਦੇਖ ਲਓ ਕਿ ਸਾਰੇ ਇਨਗਰੀਡੀਅੰਟਸ ਮਿਕਸ ਕਰਕੇ ਤੇ ਚਲੋ ਜੀ ਪੀਸ ਕੇ ਮਸਾਲਾ ਬਣ ਜਾਣਾ ਐਦਾਂ ਦਾ ਬਿਲਕੁਲ ਵੀ ਨਹੀਂ ਹੈ ਗਾਇਜ਼ ਇਹਦੇ ਵਿੱਚ ਬਹੁਤ ਹੀ ਬਰੀਕੀਆਂ ਹੈਗੀਆਂ ਜਿਹੜੀਆਂ ਕਿ ਤੁਹਾਨੂੰ ਸਮਝਣ ਦੀ ਲੋੜ ਆ ਅਗਰ ਤੁਸੀਂ ਘਰੇ ਮਸਾਲਾ ਬਣਾ ਰਹੇ ਹੋ ਕਿਉਂਕਿ ਇਹਦੇ ਵਿੱਚ ਇਸਤੇਮਾਲ ਕਰੇ ਜਾਣ ਵਾਲੇ ਚਾਹੇ ਸਾਰੇ ਮਸਾਲੇ ਸਾਨੂੰ ਆਮ ਘਰਾਂ 'ਚ ਮਿਲ ਜਾਂਦੇ ਆ ਪਰ ਅੱਜ ਕੱਲ ਹਰ ਇੱਕ ਚੀਜ਼ ਬਹੁਤ ਕਾਸਟਲੀ ਹੁੰਦੀ ਹੈ ਸੋ ਅਸੀਂ ਨਹੀਂ ਚਾਹੁੰਦੇ ਤੁਹਾਡਾ ਟਾਈਮ ਤੇ ਮਨੀ ਵੇਸਟ ਹੋਵੇ ਸੋ ਇਹਨੂੰ ਧਿਆਨ ਨਾਲ ਦੇਖੋ ਕਿੱਦਾਂ ਅਸੀਂ ਇੱਕ ਇੱਕ ਕਰਕੇ ਚੀਜ਼ ਪਾ ਰਹੇ ਹਾਂ ਆ ਜਿਹੜੀ ਸੁੰਡ ਹੈਗੀ ਜਿਹਨੂੰ ਅਸੀਂ ਸੁੱਕੇ ਅਦਰਕ ਨੂੰ ਆਪਾਂ ਸੁੰਡ ਕਹਿੰਦੇ ਹਾਂ ਜੀ ਇਹਨੂੰ ਨਾ ਤੁਸੀਂ ਕੁੱਟ ਲੈਣਾ ਥੋੜਾ ਜਿਹਾ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਬਲੈਂਡ ਕਰਦੇ ਸਮੇਂ ਪ੍ਰੋਬਲਮ ਆਊਗੀ ਤੇ ਡਰਾਈ ਹੈਗਾ ਥੋੜਾ ਹਾਰਡ ਹੁੰਦਾ ਲਓ ਅਸੀਂ ਸਾਰੇ ਮਸਾਲੇ ਪਾ ਲਏ ਨੇ ਗੈਸ ਦੀ ਫਲੇਮ ਬਾਰ-ਬਾਰ ਤੁਹਾਨੂੰ ਦੱਸ ਰਹੇ ਹਾਂ ਕਿ ਬਿਲਕੁਲ ਮੀਡੀਅਮ ਰੱਖਣੀ ਆ ਸਿਰਫ ਆਪਾਂ ਇੱਕ ਇਹਨਾਂ ਨੂੰ ਡਰਾਈ ਰੋਸਟ ਕਰਨਾ ਹਲਕਾ ਜਿਹਾ ਇਹਨਾਂ ਨੂੰ ਰੋਸਟ ਕਰੋ ਕਿ ਦੀ ਹਲਕੀ ਹਲਕੀ ਜਿਹੜ ਉਹ ਤੁਹਾਨੂੰ ਆਣ ਲੱਗ ਜੇ ਪਰ ਕੋਈ ਵੀ ਮਸਾਲਾ ਬਿਲਕੁਲ ਜ਼ਿਆਦਾ ਕਾਲਾ ਨਹੀਂ ਹੋਣਾ ਚਾਹੀਦਾ ਬਹੁਤ ਜ਼ਿਆਦਾ ਜਲੇਆ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਜਿਹੜਾ ਉਹਦਾ ਮਸਾਲੇ ਦਾ ਸੁਆਦ ਆ ਉਹ ਖਤਮ ਹੋ ਜਾਏਗਾ ਹਲਕੀ ਆਂਜ ਤੇ ਜਸਤੇ ਦੀ ਨਮੀ ਖਤਮ ਕਰਨੀ ਹੈ ਤੇ ਡਰਾਈ ਰੋਸਟ ਕਰਨਾ ਹੈ 3 ਤੋਂ 4 ਮਿੰਟ ਕਾਫੀ ਰਹਿਣਗੇ ਜੀ ਅਗਰ ਤੁਸੀਂ ਜ਼ਿਆਦਾ ਮਾਤਰਾ ਚ ਬਣਾ ਰਹੇ ਹੋ ਤੇ ਚਲੋ ਤੁਸੀਂ 4-5 ਮਿੰਟ ਰੋਸਟ ਕਰ ਲਿਓ ਪਰ ਜਿੰਨੀ ਸੀ ਮਾਤਰਾ ਲਈਏ ਉਹਦੇ ਲਈ 3-4 ਮਿੰਟ ਕਾਫੀ ਹੈਗੇ ਆ ਇਦਾਂ ਤੁਸੀਂ ਡਰਾਈ ਰੋਸਟ ਕਰ ਲੈਣਾ ਹੈ ਤੇ ਗੈਸ ਨੂੰ ਹਲਕਾ ਰੱਖਦੇ ਹੋਏ ਬਿਲਕੁਲ ਵਧੀਆ ਬਣਾਉਣਾ ਹੈਗਾ ਜਦੋਂ ਤੁਸੀਂ ਇਹਨੂੰ ਰੋਸਟ ਕਰ ਲਿਆ ਤੇ ਉਸ ਤੋਂ ਬਾਅਦ ਇੱਕ ਬਹੁਤ ਇੰਪੋਰਟੈਂਟ ਸਟੈਪ ਹੈ ਇਹਨੂੰ ਠੰਡਾ ਕਰਨ ਦਾ ਕਈ ਲੋਕ ਕੀ ਕਰਦੇ ਆ ਕਿ ਬਸ ਰੋਸਟ ਕਰਤਾ ਤੇ ਨਾਲ ਦੀ ਨਾਲ ਬਲੈਂਡਰ ਵਿੱਚ ਪਾ ਕੇ ਇਹਦਾ ਗੇੜਾ ਦਵਾ ਕੇ ਇਹਨੂੰ ਪਾਊਡਰ ਦੀ ਫਾਰਮ ਚ ਬਣਾ ਲੈਂਦੇ ਆ ਇਹ ਬਿਲਕੁਲ ਗਲਤ ਤਰੀਕਾ ਹੈ ਜੀ ਇਹਨੂੰ ਆਪਾਂ ਬਾਅਦ ਵਿੱਚ ਠੰਡਾ ਕਰਾਂਗੇ ਠੀਕ ਹੈ ਠੰਡਾ ਕਰਨ ਦੀ ਤੁਹਾਨੂੰ ਦੱਸਾਂਗੇ ਕਿ ਜਲਦੀ ਠੰਡਾ ਕਰਨਾ ਤਾਂ ਉਹਦੇ ਲਈ ਤੁਸੀਂ ਕੀ ਕਰੋਗੇ ਲਓ ਜੀ ਸਾਡੇ ਮਸਾਲੇ ਇਦਾਂ ਵਧੀਆ ਭੁੰਨੇ ਜਾ ਰਹੇ ਨੇ ਇਹਦੀ ਖੁਸ਼ਬੂ ਹਲਕੀ ਹਲਕੀ ਸਾਨੂੰ ਆਉਣ ਲੱਗ ਗਈ ਹੈ ਤੁਸੀਂ ਦੇਖ ਰਹੇ ਹੋ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਅਸੀਂ ਤੇ ਜਿਵੇਂ ਕਿ ਤਾਨੂੰ ਦਿਖ ਰਿਹਾ ਹੈ ਕਿ ਮਸਾਲੇ ਦੇਖਣ ਜੀ ਬਹੁਤ ਖੂਬਸੂਰਤ ਹੋ ਰਹੀ ਹੈ ਤੇ ਜਦੋਂ ਇਹ ਤਿਆਰ ਹੋ ਕੇ ਤੁਹਾਡੀ ਸਬਜ਼ੀ ਦੇ ਵਿੱਚ ਪੈਣਗੇ ਤੇ ਕੀ ਬਾਤ ਹੈ ਲਓ ਅਸੀਂ ਇੱਕ ਛੋਟੀ ਪ੍ਰਾਂਤ ਲੈ ਲਈ ਹੈ ਜੀ ਤੇ ਉਹਦੇ ਵਿੱਚ ਸਾਰੇ ਜਿਹੜੇ ਮਸਾਲਾ ਹੈਗੇ ਆ ਜਿਹੜੇ ਰੋਸਟ ਕੀਤੇ ਸੀ ਉਹਨੂੰ ਵਿੱਚ ਰੱਖ ਕੇ ਠੰਡਾ ਕਰਨ ਲਈ ਰੱਖਤਾ ਤੇਜ ਪੱਤਾ ਇਸ ਸਮੇਂ ਦੌਰਾਨ ਅਸੀਂ ਇਹਦੇ ਵਿੱਚ ਪਾਵਾਂਗੇ ਕਿਉਂਕਿ ਇਹਨੂੰ ਰੋਸਟ ਕਰਨ ਦੀ ਜ਼ਰੂਰਤ ਨਹੀਂ ਆਲਰੇਡੀ ਬਹੁਤ ਜ਼ਿਆਦਾ ਡਰਾਈ ਹੁੰਦਾ ਹੈਗਾ ਠੀਕ ਹੈ ਜੀ ਅਗਰ ਉਹਦੇ ਵਿੱਚ ਪਾਉਂਦੇ ਤਾਂ ਇਹਨੇ ਜਲ ਜਾਣਾ ਸੀਗਾ ਲੋ ਅਸੀਂ ਹਲਕਾ ਪੱਖੇ ਥਲੇ ਰੱਖ ਕੇ ਜਾਂ ਵੈਸੀ ਇਦਾਂ ਹਲਾ ਕੇ ਖੁੱਲੇ ਪਾਂਡੇ ਦੇ ਵਿੱਚ ਇਹਨੂੰ ਹਲਾ ਕੇ ਠੰਡਾ ਕਰ ਲੈਣਾ ਹੈ ਜਦੋਂ ਤੱਕ ਇਹ ਬਿਲਕੁਲ ਰੂਮ ਟੈਂਪਰੇਚਰ ਦੇ ਮੁਤਾਬਕ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹਨੂੰ ਪੀਸਣਾ ਨਹੀਂ ਇਹ ਮੇਨ ਟਿਪ ਹੈ ਬਾਕੀ ਹਲਕਾ ਹੀ ਗਰਮ ਕਰਨਾ ਹੁਣ ਅਸੀਂ ਆਪਦੀ ਮਿਕਸੀ ਦੀ ਤਰਫ ਵਧਾਂਗੇ ਜੀ ਅਸੀਂ ਇੱਕ ਬਲੈਂਡਰ ਜਾਰ ਲੈਣਾ ਹੈ ਇਸ ਤਰ੍ਹਾਂ ਸਟੀਲ ਵਾਲਾ ਤੇ ਉਹਦੇ ਵਿੱਚ ਅਸੀਂ ਥੋੜਾ ਥੋੜਾ ਕਰਕੇ ਸਾਰਾ ਜਿਹੜਾ ਮਸਾਲਾ ਇੱਕ ਵਾਰੀ ਸ਼ਿਫਟ ਕਰ ਦਾਂਗੇ ਕਿਉਂਕਿ ਸਾਡੇ ਬਲੈਂਡਰ ਦੀ ਕਪੈਸਿਟੀ ਦੇ ਅਕੋਰਡਿੰਗਲੀ ਇੰਨਾ ਮਸਾਲਾ ਅਸੀਂ ਇੱਕ ਵਾਰ ਪੀਸ ਸਕਦੇ ਹਾਂ ਅੱਛੀ ਕੁਆਲਿਟੀ ਦੇ ਬਲੈਂਡਰ ਦੇ ਵਿੱਚ ਹੀ ਤੁਸੀਂ ਇਹਨੂੰ ਪੀਸਿਓ ਜੀ ਤੁਸੀਂ ਚਾਹੋ ਤੈਨੂੰ ਕੁੰਡੇ ਘੋਟੇ ਚ ਕਰ ਸਕਦੇ ਹੋ ਪਰ ਅੱਜ ਕੱਲ ਬਹੁਤ ਫਾਸਟ ਲਾਈਫ ਔਨ ਦੇ ਕਰਕੇ ਸਾਡੇ ਕੋਲ ਇਨਾ ਸਮਾਂ ਨਹੀਂ ਹੈ ਤੇ ਨਾ ਹੀ ਉਹਨਾ ਬਰੀਕ ਪੀਸਿਆ ਜਾਂਦਾ ਕੁੰਡੇ ਘੋਟੇ ਦੇ ਵਿੱਚ ਸੋ ਅਸੀਂ ਇਹਨੂੰ ਬਲੈਂਡਰ ਦੇ ਵਿੱਚ ਇੱਕ ਸਰਕਲ ਜਾਂ ਦੋ ਸਰਕਲ ਦੇ ਥਰੂ ਕਰਾਂਗੇ ਔਰ ਬਲੈਂਡ ਕਰਦੇ ਸਮੇਂ ਵੀ ਤੁਸੀਂ ਇੱਕ ਗੱਲ ਦਾ ਖਿਆਲ ਰੱਖਣਾ ਹੈ ਜੀ ਕਿ ਜਦੋਂ ਵੀ ਅਸੀਂ ਮਸਾਲਾ ਪੀਸਣਾ ਇਹ ਨਹੀਂ ਕਿ ਇੱਕ ਵਾਰ ਮਿਕਸੀ ਦਾ ਬਟਨ ਔਨ ਕੀਤਾ ਤੇ ਚਲੋ ਜੀ ਮਸਾਲਾ ਬਣ ਗਿਆ ਐਦਾਂ ਕਰਨ ਨਾਲ ਨਾਲੇ ਤਾਂ ਉਹਦੇ ਵਿੱਚ ਛੋਟੇ ਛੋਟੇ ਪੀਸੇਸ ਬਾਕੀ ਬਚ ਜਾਣਗੇ ਪਲੱਸ ਤੁਹਾਡਾ ਬਲੈਂਡਰ ਵੀ ਖਰਾਬ ਹੋ ਜਾਂਦਾ ਸੋ ਇਹਨੂੰ ਤਿੰਨ ਚਾਰ ਵਾਰ ਜਿਵੇਂ ਔਨ ਕਰ ਲਿਆ ਆਫ ਕਰ ਲਿਆ ਔਨ ਕਰ ਲਿਆ ਆਫ ਕਰ ਲਿਆ ਔਰ ਅਗਰ ਤੁਹਾਡਾ ਮਸਾਲਾ ਸਾਈਡ ਤੇ ਚਲਾ ਜਾਂਦਾ ਤਾਂ ਥੋੜਾ ਬਣਾ ਰਿਓ ਸਾਈਡ ਤੇ ਲੱਗ ਜਾਂਦਾ ਤਾਂ ਚਮਚ ਦੀ ਹੈਲਪ ਦੇ ਨਾਲ ਤੁਸੀਂ ਉਹਨੂੰ ਸੈਂਟਰ ਚ ਕਰ ਲੈਣਾ ਫਿਰ ਫੇਰ ਚਲਾਉਣਾ ਬਿਲਕੁਲ ਪਾਣੀ ਪੂਣੀ ਕੁਝ ਯੂਜ਼ ਨਹੀਂ ਕਰਨਾ ਡਰਾਈ ਹੀ ਇਹਨੂੰ ਬਲੈਂਡ ਕਰਨਾ ਹੈ ਡਰਾਈ ਹੀ ਇਹਨੂੰ ਅਸੀਂ ਰੋਸਟ ਕੀਤਾ ਸੀ ਠੀਕ ਹੈ ਜੀ ਸੋ ਇਸ ਤਰ੍ਹਾਂ ਅਸੀਂ ਹੁਣ ਇਹਨੂੰ ਮਿਕਸੀ ਨੂੰ ਵਿੱਚ ਲਾ ਕੇ ਦੋ ਤਿੰਨ ਵਾਰ ਔਨ ਆਫ ਜਿਵੇਂ ਤੁਹਾਨੂੰ ਪ੍ਰੋਸੈਸ ਦੱਸਿਆ ਤੇ ਅਸੀਂ ਇਹਨੂੰ ਬਲੈਂਡ ਕਰਾਂਗੇ ਜੀ ਲਓ ਜੀ ਸਾਡਾ ਸਾਰਾ ਮਸਾਲਾ ਇਹਦੇ ਵਿੱਚ ਪੈ ਚੁੱਕਿਆ ਜੀ ਤੇ ਬਲੈਂਡਰ ਦਾ ਅਸੀਂ ਹੁਣ ਕੈਪ ਲਗਾ ਦਾਂਗੇ ਅچھے ਤਰੀਕੇ ਨਾਲ ਬਿਲਕੁਲ ਵੀ 에ਰ ਨਹੀਂ ਰਹਿਣੀ ਚਾਹੀਦੀ ਬਿਲਕੁਲ ਖੁੱਲਾ ਨਹੀਂ ਹੋਣਾ ਚਾਹੀਦਾ ਤੇ ਬਹੁਤ ਹੀ ਸੇਫਲੀ ਇਹਨੂੰ ਬੰਦ ਕਰਕੇ ਬਲੈਂਡ ਕਰ ਲਿਆ ਲੋ ਅਸੀਂ ਬਲੈਂਡ ਕਰਨ ਤੋਂ ਬਾਅਦ ਤੁਹਾਨੂੰ ਹੁਣ ਦਿਖਾਣੇ ਆ ਦੇਖੋ ਜਦੋਂ ਅਸੀਂ ਬਲੈਂਡ ਕੀਤਾ ਤੇ ਮਸਾਲਾ ਕੁਝ ਇਸ ਤਰ੍ਹਾਂ ਪੀਸਿਆ ਗਿਆ ਹੈ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਇਹਨੂੰ 2-3 ਵਾਰ ਆਨ-ਆਫ ਕਰਨਾ ਹੈ ਤਾਂ ਕਿ ਇੱਕ-ਇੱਕ ਦਾਣਾ ਛੋਟੇ ਤੋਂ ਛੋਟਾ ਵੀ ਡਰਾਈ ਮਸਾਲਿਆਂ ਦਾ ਸੁੱਕੇ ਮਸਾਲਿਆਂ ਦਾ ਇਹ ਪੀਸਿਆ ਜਾਵੇ ਚਮਚ ਦੀ ਹੈਲਪ ਨਾਲ ਤੁਸੀਂ ਹਿਲਾ ਕੇ ਦੇਖ ਲਓ ਬਹੁਤ ਹੀ ਅੱਛਾ ਪਾਊਡਰ ਦੀ ਫਾਰਮ 'ਚ ਇਹ ਬਣ ਚੁੱਕਾ ਹੈ ਹੁਣ ਅਗਲੀ ਟਿਪ ਹੈ ਕਿ ਇਹਨੂੰ ਨਾਲ ਦੀ ਨਾਲ ਬਰਤਨ ਦੇ ਵਿੱਚ ਬਿਲਕੁਲ ਨਹੀਂ ਪਾਉਣਾ ਜੀ ਪਹਿਲਾਂ ਤੁਸੀਂ ਰੋਸਟ ਕੀਤਾ ਤੇ ਉਹਨੂੰ ਠੰਡਾ ਕੀਤਾ ਠੰਡਾ ਹੋਣ ਤੋਂ ਬਾਅਦ ਤੁਸੀਂ ਉਹਨੂੰ ਬਲੈਂਡ ਕੀਤਾ ਹੁਣ ਦੁਬਾਰਾ ਇਸ ਮਸਾਲੇ ਨੂੰ ਤੁਸੀਂ ਠੰਡਾ ਕਰਨਾ ਹੈ ਅਗਰ ਤੁਸੀਂ ਗਰਮ ਗਰਮ ਮਸਾਲਾ ਇਦਾਂ ਸ਼ਿਫਟ ਕਰ ਦੋਗੇ ਕੁਝ ਸਮੇਂ ਬਾਅਦ ਤੁਹਾਡਾ ਜਿਹੜਾ ਮਸਾਲਾ ਇਹ ਖਰਾਬ ਹੋ ਜਾਏਗਾ ਇਹਦੇ ਵਿੱਚ ਜੀ ਪੈ ਜਾਣਗੇ ਤੇ ਵੈਸੇ ਵੀ ਇਹਦੀ ਖੁਸ਼ਬੂ ਜਿਹੜੀ ਤੂਰ ਦੀ ਗੱਲ ਆ ਈਵਨ ਕਿਦੇ ਫਲੇਵਰ ਔਰ ਇਹਦੀ ਜਿਹੜੀ ਸਮੈਲ ਹੈਗੀ ਹੈ ਅਰੋਮਾ ਹੈਗੀ ਉਹ ਚੇਂਜ ਹੋ ਜਾਏਗੀ ਸੋ ਇਹ ਮੇਨ ਟਿਪ ਹੈ ਕਿ ਮਸਾਲੇ ਨੂੰ ਠੰਡਾ ਕਰਕੇ ਹੀ ਪੀਸਣਾ ਹੈ ਔਰ ਠੰਡਾ ਕਰਨ ਤੋਂ ਬਾਅਦ ਹੀ 에ਅਰ ਟਾਈਟ ਕੰਟੇਨਰ ਦੇ ਵਿੱਚ ਤੁਸੀਂ ਇਹਨੂੰ ਸਟੋਰ ਕਰਨਾ ਹੈ ਅਗਰ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਨੂੰ ਇਸਤੇਮਾਲ ਕਰੋਗੇ ਤੁਹਾਡਾ ਮਸਾਲਾ ਕਦੀ ਵੀ ਖਰਾਬ ਨਹੀਂ ਹੋਏਗਾ ਇਹਦੀ ਖੁਸ਼ਬੂ ਐਜ਼ ਇਟ ਇਜ਼ ਰਹੇਗੀ ਸਬਜੀ ਦੇ ਜਦੋਂ ਤੜਕਾ ਲੱਗੇਗਾ ਯਕੀਨ ਮੰਨਿਓ ਘਰ ਦੇ ਸਾਰੇ ਮੈਂਬਰਾਂ ਨੂੰ ਪਤਾ ਲੱਗੇਗਾ ਕਿ ਕੋਈ ਨਵੀਂ ਜੀ ਤੇ ਬਹੁਤ ਹੀ ਟੇਸਟੀ ਡਿਸ਼ ਬਣ ਰਹੀ ਹੈ ਆਈ ਹੋਪ ਤੁਹਾਨੂੰ ਅੱਜ ਦੀ ਸਾਡੀ ਇਹ ਵੀਡੀਓ ਬਹੁਤ ਅੱਛੀ ਲੱਗੀ ਹੋਵੇਗੀ ਤੇ ਲਓ ਜੀ ਹੁਣ ਤੁਸੀਂ ਇਹਨੂੰ ਕਿਸੇ ਥਾਲ ਕਿਸੇ ਪ੍ਰਾਂਤ ਤੇ ਵਿੱਚ ਹੀ ਪਾ ਕੇ ਅੱਛੇ ਤਰੀਕੇ ਨਾਲ ਠੰਡਾ ਕਰ ਲਓ ਠੰਡਾ ਕਰਨ ਤੋਂ ਬਾਅਦ ਅਸੀਂ ਇਹਨੂੰ ਸਟੋਰ ਕਰਾਂਗੇ ਠੀਕ ਹੈ ਬਹੁਤ ਹੀ ਅੱਛੇ ਤਰੀਕੇ ਨਾਲ ਪੀਸਿਆ ਜਾ ਚੁੱਕਿਆ ਹੈ ਸਾਡਾ ਮਸਾਲਾ ਦੇਖ ਸਕਦੇ ਹੋ ਤੁਸੀਂ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਚੀਜ਼ ਅਸੀਂ ਬਣਾਈਏ ਉਹਦੀ ਇੱਕ ਇੱਕ ਚੀਜ਼ ਇੱਕ ਇੱਕ ਬਰੀਕੀ ਤੁਹਾਨੂੰ ਦੱਸੀ ਜਾਵੇ ਤਾਂ ਕਿ ਜੋ ਚੀਜ਼ ਅਸੀਂ ਬਣਾ ਰਹੇ ਹਾਂ ਐਜ਼ ਇਟ ਇਜ਼ ਤੁਹਾਡੇ ਘਰ ਬਣੇ ਐਦਾਂ ਨਹੀਂ ਕਿ ਅਸੀਂ ਕੁਝ ਹੋਰ ਬਣਾ ਰਹੇ ਹਾਂ ਤੇ ਤੁਹਾਡੇ ਘਰ ਅਗਰ ਤੁਸੀਂ ਟਰਾਈ ਕਰ ਰਹੇ ਹੋ ਤਾਂ ਤੁਹਾਨੂੰ ਕੁਝ ਹੋਰ ਦੇਖਣ ਨੂੰ ਮਿਲੇਗੀ ਤੁਸੀਂ ਦੇਖ ਸਕਦੇ ਹੋ ਮਸਾਲੇ ਨੂੰ ਅਸੀਂ ਕੂਲ ਡਾਊਨ ਕਰਾਂਗੇ ਔਰ ਕੂਲ ਡਾਊਨ ਕਰਨ ਤੋਂ ਬਾਅਦ 에ਅਰ ਟਾਈਟ ਕੰਟੇਨਰ ਦੇ ਵਿੱਚ ਅਸੀਂ ਇਹਨੂੰ ਸਟੋਰ ਕਰ ਦਾਂਗੇ ਜੀ ਆਈ ਹੋਪ ਅੱਜ ਦੀ ਤੁਹਾਨੂੰ ਇਹ ਵੀਡੀਓ ਬਹੁਤ ਹੀ ਕੰਮ ਦੀ ਤੇ ਬਹੁਤ ਹੀ ਵਧੀਆ ਲੱਗੀ ਹੋਊਗੀ। ਅਗਰ ਤੁਹਾਨੂੰ ਇਹ ਵੀਡੀਓ ਸਾਡੀ ਅੱਛੀ ਲੱਗੀ ਜਾਂ ਜੋ ਵੀ ਅਸੀਂ ਵੀਡੀਓ ਹੁਣ ਤੱਕ ਬਣਾਈਆਂ ਤੁਹਾਨੂੰ ਅੱਛੀਆਂ ਲੱਗੀਆਂ। ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰਕੇ ਸਾਨੂੰ ਕੋਈ ਸੁਝਾਅ ਦੇਣਾ ਚਾਹੋ ਤਾਂ ਦੱਸੋ। ਅਗਰ ਤੁਸੀਂ ਕੋਈ ਸਪੈਸ਼ਲ ਡਿਸ਼ ਬਣਵਾਉਣਾ ਚਾਹੁੰਦੇ ਹੋ ਤੇ ਅਗਰ ਉਸ ਵੀਡੀਓ ਦੇ ਰਿਲੇਟਡ ਸਾਨੂੰ 500 ਵੀ ਮੈਸੇਜ ਆ ਜਾਂਦੇ ਆ ਤੇ ਅਸੀਂ ਉਹ ਵੀਡੀਓ ਜ਼ਰੂਰ ਤਿਆਰ ਕਰਾਂਗੇ। ਥੈਂਕ ਯੂ ਵੈਰੀ ਮੱਚ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ, ਕਿਸੇ ਅਗਲੀ ਰੈਸਪੀ ਦੇ ਨਾਲ। ਤ Cool.